ਬੱਸ ਤੇ ਟਰੱਕ ਦੀ ਆਮੋ ਸਾਹਮਣੇ ਤੋਂ ਭਿਆਨਕ ਟੱਕਰ ਹੋਈ ਹੈ ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਬੱਸ ਦੇ ਵਿੱਚ ਕਈ ਸਵਾਰੀਆਂ ਬੈਠੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਗੰਭੀਰ ਸੱਟਾਂ ਵੀ ਲੱਗਦੀਆਂ ਨੇ ਜਿਨ੍ਹਾਂ ਨੂੰ ਕਿ ਤੁਰੰਤ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਜਾਂਦਾ ਹੈ। ਤਾਂ ਦੱਸ ਦਈਏ ਕਿ ਹਾਦਸਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਮੋਗਾ ਜਾ ਰਹੀ ਇੱਕ ਬੱਸ ਨੂੰ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਦੇ ਵੱਲੋਂ ਟੱਕਰ ਮਾਰੀ ਗਈ ਹੈ ਜਿਸ ਦੇ ਵਿੱਚ ਬੱਸ ਕੰਡਕਟਰ ਅਤੇ ਚਾਲਕ ਗੰਭੀਰ ਜ਼ਖਮੀ ਹੋਏ ਨੇ। ਤਾਂ ਉਹਨਾਂ ਨੇ ਕਿਹਾ ਕਿ ਜਦ ਅਸੀਂ ਸ਼ਹਿਰ ਦੇ ਵਿੱਚ ਐਂਟਰ ਹੋ ਰਹੇ ਸੀ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਦੇ ਵੱਲੋਂ ਸਾਨੂੰ ਟੱਕਰ ਮਾਰੀ ਗਈ। ਤਾਂ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਟਰੱਕ ਚਾਲਕ ਵੀ ਗੰਭੀਰ ਜ਼ਖਮੀ ਹੋਇਆ। ਤਾਂ ਉਸਦੇ ਵੱਲੋਂ ਵੀ ਕਿਹਾ ਗਿਆ ਕਿ ਸਾਹਮਣੇ ਤੋਂ ਆ ਰਹੀ ਬੱਸ ਨੇ ਆਪਣਾ ਸੰਤੁਲਨ ਖੋਇਆ ਅਤੇ ਜਿਸ ਤੋਂ ਬਾਅਦ ਉਸਦੇ ਵੱਲੋਂ ਟੱਕਰ ਮਾਰੀ ਗਈ। ਤਾਂ ਦੱਸ ਦਈਏ ਕਿ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ। ਤਾਂ ਮੌਕੇ 'ਤੇ ਪੁਲਿਸ ਵੀ ਪਹੁੰਚਦੀ ਹੈ ਅਤੇ ਉਹਨਾਂ ਦੇ ਵੱਲੋਂ ਹੁਣ ਜ਼ਖਮੀਆਂ ਦੇ ਬਿਆਨ ਦਰਜ ਕਰ ਲਏ ਗਏ ਨੇ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਵੱਡਾ ਹਾਦਸਾ ਹੋਇਆ ਜਿੱਥੇ ਟਰੱਕ ਇੱਕ ਪਾਸੇ ਤੋਂ ਸਮਾਨ ਭਰ ਕੇ ਲਿਜਾ ਰਿਹਾ ਸੀ ਜਦਕਿ ਦੂਸਰੇ ਪਾਸੇ ਤੋਂ ਇਹ ਬੱਸ ਸ਼ਹਿਰ ਦੇ ਵਿੱਚ ਐਂਟਰ ਹੋ ਰਹੀ ਸੀ। ਤਾਂ ਦੋਨਾਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ ਕਈ ਸਵਾਰੀਆਂ ਸਮੇਤ ਚਾਲਕ ਅਤੇ ਕੰਡਕਟਰ ਗੰਭੀਰ ਜ਼ਖਮੀ ਹੋਏ ਨੇ। ਕੀ ਨਾਮ ਆ? ਕੀ ਗੱਲਬਾਤ ਕੀ ਹੋਈ ਆ? ਬੱਸ ਦਾ ਟਰੱਕ ਦੇ ਨਾਲ ਐਕਸੀਡੈਂਟ ਹੋਇਆ ਸੀਗਾ। ਅੱਛਾ, ਕਿੰਨੀਆਂ ਕੁ ਸਵਾਰੀਆਂ ਸੀ ਬੱਸ 'ਚ? ਬੱਸ ਮਤਲਬ ਜਿੰਨੀਆਂ ਸੀਟਾਂ ਸੀਗੀਆਂ ਸਾਰੀ ਭਰੀ ਹੋਈ ਸੀਗੀ। ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਜਾ ਰਹੀ ਸੀ ਬੱਸ? ਅਸੀਂ ਜਲੰਧਰ ਤੋਂ ਇੱਧਰ ਨਕੋਦਰ ਆਏ ਸੀ। ਬੱਸ ਕਿਹੜੀ ਸੀਗੀ? ਪੰਜਾਬ ਰੋਡਵੇਜ਼ ਸੀਗੀ। ਅਤੇ ਕਿੰਨੇ ਕੁ ਜ਼ਖਮੀ ਹੋਏ ਆ? ਕਾਫੀ ਜ਼ਿਆਦਾ ਹੋਏ ਆ। ਗੱਲਬਾਤ ਕੋਈ ਨਹੀਂ, ਇੱਕ ਵਾਲੇ ਘਰੋਂ ਤੁਰਿਆ ਸੀਗਾ, ਆ ਰਿਹਾ ਸੀ ਇੱਥੇ ਚੌਂਕ 'ਚ, ਆਇਆ ਤਾਂ ਉਹਨੇ ਬ੍ਰੇਕ ਹੀ ਨਹੀਂ ਮਾਰੀ ਬੱਸ ਵਾਲੇ ਨੇ। ਅੱਛਾ, ਹਾਂਜੀ, ਲਿਆ ਕੇ ਇੱਧਰ ਕਨੈਕਟਰ ਸਾਈਡ 'ਤੇ ਮਾਰੀ ਉਹਨੇ ਗੱਡੀ। ਅੱਛਾ ਜੀ, ਹਾਂਜੀ। ਇਹ ਹੋਇਆ ਕਿਸ ਕਿੱਥੇ ਕਰਕੇ ਆ? ਇਹ ਆ ਚੌਂਕ ਦੇ ਵਿੱਚ ਜੀ। ਅੱਛਾ, ਹਾਂਜੀ। ਤੇ ਤੁਹਾਡੇ ਸੱਟ ਵਗੈਰਾ ਤਾਂ ਲੱਗੀ ਕਿਸੇ ਦੇ? ਮੇਰੇ ਆ ਜੀ ਮੂੰਹ 'ਤੇ ਲੱਗੀ ਆ, ਲੱਤ ਖਿੱਚੀ ਗਈ ਇੱਕਦਮ ਹੀ ਵਿੱਚੋਂ ਭੁਣ ਕੇ, ਮੈਂ ਦੂਜੇ ਪਾਸੇ ਵੱਜਾ ਨਾ। ਅੱਛਾ, ਹਾਂਜੀ, ਮੂਹਰੇ ਡੈਸ਼ਬੋਰਡ ਦੇ ਵਿੱਚ ਮੂੰਹ ਵੱਜਾ ਮੇਰਾ। ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਆ ਰਹੇ ਸੀ ਤੁਸੀਂ? ਮੇਰਾ ਨਾਲ ਹੀ ਪਿੰਡ ਆ ਤਲਵੰਡੀ ਭਰੋ। ਅੱਛਾ ਜੀ, ਹਾਂਜੀ। ਅਤੇ ਕਿੱਥੇ ਜਾ ਰਹੇ ਸੀ? ਜਾਣਾ ਸੀ ਮੈਂ ਕਹਾਂ ਅੱਗੇ ਚੁੱਪੀ ਜਾਣਾ ਸੀ ਆਪਣੇ ਮਿਰਜ਼ਾਪੁਰ। ਅੱਛਾ, ਕੀ ਲੱਦਿਆ ਕੀ ਆਪਾਂ? ਚੱਪਲ ਆ ਜੀ। ਅੱਛਾ, ਹਾਂਜੀ। ਇਹ ਕਿਹੜੀ ਗੱਡੀ ਆ? ਇਹ ਗੱਡੀ 6 ਚੱਕੀ ਆ ਜੀ, ਕੋਮਟ। ਬੱਸ ਆ ਰਹੀ ਸੀ ਰੰਦਰ ਸਾਈਡ ਤੋਂ। ਅੱਛਾ ਜੀ, ਟਰੱਕ ਆ ਗਿਆ ਇੱਧਰੋਂ ਮੁੰਡੀਆਂ ਵੱਲੋਂ, ਇੱਥੇ ਚੌਂਕ ਜਾਣ ਕੇ ਉਹ ਬਚ ਗਏ। ਓਕੇ, ਕੁਛ ਜ਼ਖਮੀ ਹੋ ਗਏ ਆ 12-13 ਜਾਣੇ। ਠੀਕ ਹੈ, ਸਵਾਰੀਆਂ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ? ਕਾਰਵਾਈ ਥਾਣੇ ਵਾਲੇ ਆਏ ਆ, ਥਾਣੇ ਵਾਲੇ ਅੰਦਰ ਬਿਆਨ ਬੂਨ ਲੈਂਦੇ ਉਹਨਾਂ ਦੇ, ਉਹ ਕਰ ਰਹੇ ਆ ਕਾਰਵਾਈ। ਬੱਸ ਸਾਈਡ ਤੇ ਕਰਵਾ ਲਈ ਆ, ਟਰੱਕ ਵੀ ਸਾਈਡ ਤੇ ਕਰਵਾਤਾ ਆ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਨਹੀਂ, ਜਾਨੀ ਨੁਕਸਾਨ ਨਹੀਂ ਹੋਇਆ। ਬੱਸ ਅਤੇ ਟਰੱਕ ਦੀ ਆਮੋ ਸਾਹਮਣੇ ਤੋਂ ਭਿਆਨਕ ਟੱਕਰ ਹੋਈ ਹੈ ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਬੱਸ ਦੇ ਵਿੱਚ ਕਈ ਸਵਾਰੀਆਂ ਬੈਠੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਗੰਭੀਰ ਸੱਟਾਂ ਵੀ ਲੱਗਦੀਆਂ ਨੇ ਜਿਨ੍ਹਾਂ ਨੂੰ ਕਿ ਤੁਰੰਤ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਜਾਂਦਾ ਹੈ। ਤਾਂ ਦੱਸ ਦਈਏ ਕਿ ਹਾਦਸਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਮੋਗਾ ਜਾ ਰਹੀ ਇੱਕ ਬੱਸ ਨੂੰ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਦੇ ਵੱਲੋਂ ਟੱਕਰ ਮਾਰੀ ਗਈ ਹੈ ਜਿਸ ਦੇ ਵਿੱਚ ਬੱਸ ਕੰਡਕਟਰ ਅਤੇ ਚਾਲਕ ਗੰਭੀਰ ਜ਼ਖਮੀ ਹੋਏ ਨੇ। ਤਾਂ ਉਹਨਾਂ ਨੇ ਕਿਹਾ ਕਿ ਜਦ ਅਸੀਂ ਸ਼ਹਿਰ ਦੇ ਵਿੱਚ ਐਂਟਰ ਹੋ ਰਹੇ ਸੀ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਦੇ ਵੱਲੋਂ ਸਾਨੂੰ ਟੱਕਰ ਮਾਰੀ ਗਈ। ਤਾਂ ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਟਰੱਕ ਚਾਲਕ ਵੀ ਗੰਭੀਰ ਜ਼ਖਮੀ ਹੋਇਆ। ਤਾਂ ਉਸਦੇ ਵੱਲੋਂ ਵੀ ਕਿਹਾ ਗਿਆ ਕਿ ਸਾਹਮਣੇ ਤੋਂ ਆ ਰਹੀ ਬੱਸ ਨੇ ਆਪਣਾ ਸੰਤੁਲਨ ਖੋਇਆ ਅਤੇ ਜਿਸ ਤੋਂ ਬਾਅਦ ਉਸਦੇ ਵੱਲੋਂ ਟੱਕਰ ਮਾਰੀ ਗਈ। ਤਾਂ ਦੱਸ ਦਈਏ ਕਿ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ। ਤਾਂ ਮੌਕੇ 'ਤੇ ਪੁਲਿਸ ਵੀ ਪਹੁੰਚਦੀ ਹੈ ਅਤੇ ਉਹਨਾਂ ਦੇ ਵੱਲੋਂ ਹੁਣ ਜ਼ਖਮੀਆਂ ਦੇ ਬਿਆਨ
ਦਰਜ ਕਰ ਲਏ ਗਏ ਨੇ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਵੱਡਾ ਹਾਦਸਾ ਹੋਇਆ, ਜਿੱਥੇ ਟਰੱਕ ਇੱਕ ਪਾਸੇ ਤੋਂ ਸਮਾਨ ਭਰ ਕੇ ਲਿਜਾ ਰਿਹਾ ਸੀ ਜਦਕਿ ਦੂਸਰੇ ਪਾਸੇ ਤੋਂ ਇਹ ਬੱਸ ਸ਼ਹਿਰ ਦੇ ਵਿੱਚ ਐਂਟਰ ਹੋ ਰਹੀ ਸੀ। ਤਾਂ ਦੋਨਾਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ ਕਈ ਸਵਾਰੀਆਂ ਸਮੇਤ ਚਾਲਕ ਤੇ ਕੰਡਕਟਰ ਗੰਭੀਰ ਜ਼ਖਮੀ ਹੋਏ ਨੇ। ਕੀ ਨਾਮ ਹੈ? ਕੀ ਗੱਲਬਾਤ ਕੀ ਹੋਈ ਆ? ਬੱਸ ਦਾ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ ਸੀ। ਅੱਛਾ, ਕਿੰਨੀਆਂ ਸਵਾਰੀਆਂ ਸੀ ਬੱਸ 'ਚ? ਬੱਸ ਮਤਲਬ ਜਿੰਨੀਆਂ ਸੀਟਾਂ ਸੀ ਸਾਰੀ ਭਰੀ ਹੋਈ ਸੀਗੀ। ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਜਾ ਰਹੀ ਸੀ ਬੱਸ? ਅਸੀਂ ਜਲੰਧਰ ਤੋਂ ਇੱਧਰ ਨਕੋਦਰ ਆਏ ਸੀ। ਬੱਸ ਕਿਹੜੀ ਸੀਗੀ? ਪੰਜਾਬ ਰੋਡਵੇਜ਼ ਸੀ। ਤੇ ਕਿੰਨੇ ਕੁ ਜ਼ਖਮੀ ਹੋਏ ਆ? ਕਾਫੀ ਜ਼ਿਆਦਾ ਹੋਏ ਆ। ਗੱਲਬਾਤ ਕੋਈ ਨਹੀਂ, ਇਹ ਤਾਂ ਹਾਲੇ ਘਰੋਂ ਤੁਰਿਆ ਸੀਗਾ, ਆ ਰਿਹਾ ਸੀ ਇੱਥੇ ਚੌਂਕ 'ਚ, ਆਇਆ ਤਾਂ ਉਹਨੇ ਬ੍ਰੇਕ ਹੀ ਨਹੀਂ ਮਾਰੀ ਬੱਸ ਵਾਲੇ ਨੇ। ਅੱਛਾ, ਹਾਂਜੀ, ਲਿਆ ਕੇ ਇੱਧਰ ਕਨੈਕਟਰ ਸਾਈਡ 'ਤੇ ਮਾਰੀ ਉਹਨੇ ਗੱਡੀ। ਅੱਛਾ ਜੀ, ਹਾਂਜੀ। ਇਹ ਹੋਇਆ ਕਿਸ ਕਿੱਥੇ ਕਰਕੇ ਆ? ਇਹ ਆ ਚੌਂਕ ਦੇ ਵਿੱਚ ਜੀ। ਅੱਛਾ, ਹਾਂਜੀ। ਤੁਹਾਡੇ ਸੱਟ ਵਗੈਰਾ ਤਾਂ ਲੱਗੀ ਕਿਸੇ ਦੇ? ਮੇਰੇ ਆ ਜੀ ਮੂੰਹ 'ਤੇ ਲੱਗੀ ਆ, ਲੱਤ ਖਿੱਚੀ ਗਈ ਇੱਕਦਮ ਹੀ ਵਿੱਚੋਂ ਭੜਕ ਕੇ, ਮੈਂ ਦੂਜੇ ਪਾਸੇ ਵੱਜਾ ਨਾ। ਅੱਛਾ, ਮੂਹਰੇ ਡੈਸ਼ਬੋਰਡ ਦੇ ਵਿੱਚ ਮੂੰਹ ਵੱਜਾ ਮੇਰਾ। ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਆ ਰਹੇ ਸੀ ਤੁਸੀਂ? ਮੇਰਾ ਨਾਲ ਹੀ ਪਿੰਡ ਆ ਤਲਵੰਡੀ ਭਰੋ। ਅੱਛਾ ਜੀ, ਹਾਂਜੀ। ਤੇ ਕਿੱਥੇ ਜਾ ਰਹੇ ਸੀ? ਜਾਣਾ ਸੀ ਮੈਂ ਗਾਂ ਅੱਗੇ ਚੁੱਪੀ ਜਾਣਾ ਸੀ ਆਪਣੇ ਮਿਰਜ਼ਾਪੁਰ। ਅੱਛਾ, ਕੀ ਲੱਦਿਆ ਕੀ ਆਪਾਂ? ਚੱਪਲ ਆ ਜੀ। ਅੱਛਾ, ਹਾਂਜੀ। ਜ਼ਖਮੀ ਹੋ ਗਏ ਆ 12-13 ਜਾਣੇ। ਠੀਕ ਹੈ, ਸਵਾਰੀਆਂ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ? ਕਾਰਵਾਈ ਥਾਣੇ ਵਾਲੇ ਆਏ ਆ, ਥਾਣੇ ਵਾਲੇ ਅੰਦਰ ਬਿਆਨ ਬੁਨ ਲੈਂਦੇ ਉਹਨਾਂ ਦੇ, ਉਹ ਕਰ ਰਹੇ ਆ ਕਾਰਵਾਈ। ਬੱਸ ਸਾਈਡ ਤੇ ਕਰਵਾ ਲਈ ਆ, ਟਰੱਕ ਵੀ ਸਾਈਡ ਤੇ ਕਰਵਾਤਾ ਆ। ਠੀਕ ਹੈ, ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਨਹੀਂ, ਜਾਨੀ ਨੁਕਸਾਨ ਨਹੀਂ ਹੋਇਆ।